ਸਬਸਕ੍ਰਾਈਬ ਕਰੋ ਖਤਰਾਂ LSI ਕੇ YouTube ਚੈਨਲ ਨੂੰ ਅਤੇ ਬੈਲ ਦਾ ਆਈਕਨ ਜ਼ਰੂਰ ਦੱਬੋ। ਹਾਂਜੀ, ਤਾਂ ਜਿਹੜਾ ਮੌਸਮ ਦੱਸਿਆ ਜਾ ਰਿਹਾ 15, 16 ਅਤੇ 17 ਅਪ੍ਰੈਲ ਨੂੰ 3 ਦਿਨ ਬਹੁਤ ਖਰਾਬ ਦੱਸਿਆ ਜਾ ਰਿਹਾ ਪੰਜਾਬ ਹਰਿਆਣੇ ਦਿੱਲੀ ਦਾ। ਜਿਵੇਂ ਕਿ ਤੁਸੀਂ ਆਹ ਫੋਟੋਆਂ ਵਿੱਚ ਦੇਖ ਹੀ ਰਹੇ ਹੋ, ਆਹ ਦਿੱਲੀ ਦੇ ਉੱਤੇ ਲਗਭਗ ਬੱਦਲ ਨੇ ਇਹ, ਅਤੇ ਆਹ ਬੁੱਧਵਾਰ ਦਾ ਮੌਸਮ, ਆਹੀ ਮੰਗਲਵਾਰ ਦਾ ਮੌਸਮ ਹੈ। ਲਗਭਗ ਸਾਰੇ ਪੰਜਾਬ ਦੇ ਉੱਤੇ ਬੱਦਲਬਾਈ ਬਣੀ ਹੋਈ ਹੈ, ਅਤੇ ਆਹ ਜਿਹੜੀ ਫੋਟੋ ਤੁਸੀਂ ਦੇਖ ਰਹੇ ਹੋ ਇਹ ਬੁੱਧਵਾਰ ਦੇ ਮੌਸਮ ਦੀ ਹੈ। ਲਗਭਗ ਪੂਰਾ ਮੀਂਹ ਦੀ ਜਿਹੜੀ ਫੁੱਲ ਸੰਭਾਵਨਾ ਬਣੀ ਹੋਈ ਹੈ, ਅਤੇ 15 ਅਪ੍ਰੈਲ ਨੂੰ ਜਿਹੜੀ ਹੈ ਬਹੁਤ ਤੇਜ਼ ਹਵਾਵਾਂ ਚੱਲ ਸਕਦੀਆਂ, ਧੂੜ ਭਰੀਆਂ ਹਨੇਰੀਆਂ ਜਿਹਨੂੰ ਆਪਾਂ ਕਹਿੰਦੇ ਹਾਂ, ਅਤੇ ਕੁਝ ਕੁ ਜਗ੍ਹਾ 'ਤੇ ਗੜੇ ਵਗੈਰਾ ਵੀ ਪੈ ਸਕਦੇ ਨੇ, ਜਿਵੇਂ ਅੰਮ੍ਰਿਤਸਰ, ਫਿਰੋਜ਼ਪੁਰ, ਗੁਰਦਾਸਪੁਰ ਇਹ ਏਰੀਏ 'ਚ। ਅਤੇ 16 ਅਪ੍ਰੈਲ ਨੂੰ ਜਿਹੜੀ ਸਵੇਰ ਤੋਂ ਲੈ ਕੇ ਬਾਰਿਸ਼ ਹੋ ਸਕਦੀ ਹੈ ਲਗਭਗ ਸਾਰੇ ਪੰਜਾਬ ਦੇ ਵਿੱਚ, ਕੁਝ ਕੁ ਇਲਾਕੇ ਹੋ ਸਕਦਾ ਬਚ ਜਾਣ, ਪਰ ਲਗਭਗ ਸਾਰੇ ਪੰਜਾਬ 'ਚ 16 ਅਪ੍ਰੈਲ ਨੂੰ ਜਿਹੜੀ ਬਾਰਿਸ਼ ਦੀ ਸੰਭਾਵਨਾ, ਅਤੇ ਕਈ ਜਗ੍ਹਾ 'ਤੇ ਗੜੇਮਾਰੀ ਵੀ ਹੋ ਸਕਦੀ ਹੈ 16 ਨੂੰ ਵੀ, ਅਤੇ 17 ਅਪ੍ਰੈਲ ਨੂੰ ਜਿਹੜੀ ਤੇਜ਼ ਹਵਾਵਾਂ ਨਾਲ ਹਨੇਰੀ ਵੀ ਚੱਲ ਸਕਦੀ ਹੈ, ਅਤੇ ਲਗਭਗ ਸਾਰੇ ਪੰਜਾਬ 'ਚ ਮੀਂਹ ਕਿਤੇ ਘੱਟ ਕਿਤੇ ਵੱਧ ਪਵੇਗਾ। ਅਤੇ ਇਹ ਜਿਹੜਾ ਵੈਸਟਰਨ ਡਿਸਟਰਬੈਂਸ ਹੈ ਇਹ ਲਗਭਗ ਪਾਕਿਸਤਾਨ 'ਤੇ ਬਣਿਆ ਹੋਇਆ, ਜੇਕਰ ਇਹ ਆਪਣੇ ਵੀ ਪੈਂਦਾ ਇਹਦਾ ਮੀਂਹ ਤਾਂ ਇਹ ਕਾਫੀ ਖਤਰੇ ਦੀ ਘੰਟੀ ਆ, ਕਾਫੀ ਭਾਰੀ ਮੀਂਹ ਆਪਣੇ ਪੈ ਸਕਦਾ ਗਾ 17 ਅਪ੍ਰੈਲ ਨੂੰ ਵੀ। 15, 16, 17 ਇਹ 3 ਦਿਨ ਮੀਂਹ ਦੀ ਹਾਲੇ ਤੱਕ ਪੂਰੀ ਸੰਭਾਵਨਾ ਹੈਗੀ, ਉਸ ਤੋਂ ਬਾਅਦ 18, 19 ਤੋਂ ਮੌਸਮ ਹੋਣ ਸਾਫ਼ ਹੋਣ ਦੀ ਉਮੀਦ ਹੈਗੀ, ਅਤੇ ਬਾਕੀ ਮੌਕੇ 'ਤੇ ਪਤਾ ਚੱਲਣਾ ਜਦੋਂ ਹਜੇ ਅਲਰਟ ਆਉਣਾ ਕੋਈ, ਕਿਉਂਕਿ ਹਾਲੇ ਮੌਸਮ ਵਿਭਾਗ ਨੇ ਇਹ 3 ਦਿਨਾਂ ਦਾ ਦੱਸਿਆ, 15, 16 ਅਤੇ 17 ਅਪ੍ਰੈਲ ਨੂੰ ਮੀਂਹ, ਗੜੇਮਾਰੀ ਅਤੇ ਕਾਫੀ ਤੇਜ਼ ਹਵਾਵਾਂ ਜਿਹਨੂੰ ਆਪਾਂ ਹਨੇਰੀ ਵੀ ਕਹਿ ਸਕਦੇ ਹਾਂ ਉਹ ਚੱਲ ਸਕਦੀਆਂ ਨੇ। ਹਾਂਜੀ, ਅਤੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਜ਼ਰੂਰ ਕਰੋ, ਕਮੈਂਟ ਵੀ ਕਰਕੇ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਕੋਈ ਹੋਰ ਜਾਣਕਾਰੀ ਲੈਣੀ ਹੈ ਤੁਸੀਂ, ਜਾਂ ਤੁਹਾਨੂੰ ਪਤਾ, ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਜ਼ਰੂਰ ਦੱਬੋ। ਇੱਥੇ ਹੋਰ ਵੀ ਬਹੁਤ ਸਾਰੀਆਂ ਕੰਮ ਦੀਆਂ ਵੀਡੀਓ ਨੇ ਜੋ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ, ਲਗਭਗ 350 ਦੇ ਕਰੀਬ ਵੀਡੀਓਜ਼ ਨੇ ਪਲੇਲਿਸਟ ਜਾ ਕੇ ਕੈਟਾਗਰੀ ਦੇ ਹਿਸਾਬ ਨਾਲ ਦੇਖ ਸਕਦੇ ਹੋ। ਧੰਨਵਾਦ।